नागरिकता शोध कानून के खिलाफ आज बठिंडा दे विच सिख अते मुस्लिम जथेबंदियां वालों प्रदर्शन किया जा रहा है। तस्वीर तुहानू दिखा दिंदे आं, तुसीं तस्वीरां च देख सकते हो कि कालियां झंडियां लैके जिहड़ा प्रोटेस्ट किया जा रहा है, रोस मार्च कढ़िया जा रहा है, केंद्र सरकार के खिलाफ नारेबाजी की जा रही है। वड्डी गिनती दे विच पुलिस फोर्स भी तैनात है। गलबात भी करांगे जिहड़े आगू ने इन्हां दे के की कहना उन्हों का की कहना है जिहड़ा अज तुसीं प्रदर्शन कर रहे हो। यह मोदी के खिलाफ कर रहे हैं जी प्रदर्शन, ये मोदी के खिलाफ प्रदर्शन कर रहे हैं कि साढ़े सिख भाईचारा के मुस्लिम सिखा के बच्चे फर्क पा रहे हैं। नागरिकता का बिल पास क्यों किया, साड़ी आपस में वंड के फर्क पा रहे हैं। ਤੁਸੀਂ ਦੱਸੋ ਕੀ ਕਹਿਣਾ ਚਾਹੋਗੇ ਜਿਹੜਾ ਪ੍ਰਦਰਸ਼ਨ ਕਰ ਰਹੇ ਹੋ? ਅਸੀਂ ਕਹਿੰਦੇ ਵੀ ਜਿਹੜੇ ਮੋਦੀ ਨੇ ਇੰਨੀਆਂ ਗਲਤ ਗੱਲਾਂ ਕੀਤੀਆਂ ਤੇ ਗਲਤ ਨੀਤੀਆਂ ਤੇ ਸਾਨੂੰ ਬਹੁਤ ਨਫ਼ਰਤ ਹੈ। ਜੋ ਕੁਛ ਹੈ ਸਾਰਾ ਕੁਛ ਸਾਡਾ ਬਰਬਾਦ ਕਰ ਰਿਹਾ ਹੈ ਮੋਦੀ ਸਰਕਾਰ। ਤੁਸੀਂ ਦੱਸੋ ਕੀ ਕਹਿਣਾ ਚਾਹੋਗੇ ਜਿਹੜਾ ਪ੍ਰਦਰਸ਼ਨ ਕਰ ਰਹੇ ਹੋ, ਕਿੱਥੋਂ ਸ਼ੁਰੂ ਕੀਤਾ ਕਿੱਥੇ ਖਤਮ? ਇਹ ਜੀ ਅਸੀਂ ਮਸੀਤ ਹਾਜੀ ਰਤਨ ਤੋਂ ਸ਼ੁਰੂ ਕਰਕੇ ਡੀਸੀ ਦਫ਼ਤਰ ਤੱਕ ਇੱਕ ਰੋਸ ਮਾਰਚ ਹੈ ਜਿਹੜਾ CAB ਸੈਂਟਰ ਸਰਕਾਰ ਨੇ ਲਾਗੂ ਕੀਤਾ ਹੈ ਉਹਦੇ ਵਿਰੋਧ ਦੇ ਵਿੱਚ, ਕਿਉਂਕਿ ਇਹ ਇੱਕ ਭਾਰਤ ਦੀ ਲੋਕਾਂ ਦੀ ਨਾਗਰਿਕਤਾ ਨਾਲ ਭਾਰਤ ਦੇ ਲੋਕਾਂ ਨਾਲ ਧੱਕਾ ਹੈ ਕਿ ਉਹਨਾਂ ਨੂੰ ਅੱਜ ਇਹ ਘੱਟ ਗਿਣਤੀਆਂ ਨੂੰ ਸਬੂਤ ਦੇਣਾ ਪਵੇ ਕਿ ਅਸੀਂ ਹਾਂ ਇੱਥੋਂ ਦੇ ਵਸਿੰਦੇ ਹਾਂ। ਇਹ ਜਿਹੜੀ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਹੈ ਇਹ ਜਿਹੜੀ ਹੈਗੀ ਹੈ ਇਹ ਧੱਕਾ ਕਰ ਰਹੀ ਹੈ। ਅੱਜ ਸਿੱਖ ਜਥੇਬੰਦੀਆਂ ਮੁਸਲਮਾਨ ਫਰੰਟਾਂ ਦੇ ਜਿਹੜਾ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਹੈ ਕਿ ਇਹਨਾਂ ਨਾਲ ਧੱਕਾ ਹੋ ਰਿਹਾ ਹੈ ਅਤੇ ਜਿਹੜਾ CAB ਹੈ ਉਹ ਤੁਰੰਤ ਵਾਪਸ ਲਿਆ ਜਾਵੇ। ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਿੱਖ ਅਤੇ ਮੁਸਲਿਮ ਕਮਿਊਨਿਟੀ ਵਾਲੇ ਨੇ ਉਹ ਲਗਾਤਾਰ ਪ੍ਰਦਰਸ਼ਨ ਕਰ ਰਹੇ ਆ। ਅੱਜ ਤੁਹਾਨੂੰ ਦੱਸ ਦਈਏ ਕਿ ਇਹ ਬਠਿੰਡਾ ਦੇ ਬਾਬਾ ਹਾਜੀ ਰਤਨ ਦਰਗਾਹ ਤੋਂ ਸ਼ੁਰੂ ਹੋਇਆ ਪ੍ਰਦਰਸ਼ਨ ਅਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਇਹ ਚੱਲਣਾ। ਕਾਲੀਆਂ ਝੰਡੀਆਂ ਲੈ ਕੇ ਜਿਹੜਾ ਵਿਰੋਧ ਪ੍ਰਗਟਾਇਆ ਜਾ ਰਿਹਾ ਆਪਣਾ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਦੱਸ ਰਹੇ ਹੈ ਜਿਹੜੇ ਜਥੇਬੰਦੀ ਵਾਲੇ ਨੇ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਨਹੀਂ ਬਦਲਿਆ ਤਾਂ ਜਿਹੜਾ ਪ੍ਰਦਰਸ਼ਨ ਹੈ ਇਸੇ ਤਰ੍ਹਾਂ ਚੱਲਦਾ ਰਹੇਗਾ। ਕੈਮਰਾਮੈਨ ਮੁਕੁਲ ਦੇ ਨਾਲ ਜੁਗਨੂ ਸ਼ਰਮਾ, ਦੈਨਿਕ ਸਵੇਰਾ TV, ਬਠਿੰਡਾ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ। ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।